देखो चंडीगढ़ का जिहड़ा कॉम्प्रीहेंसिव मोबिलिटी प्लान बनाया जा रहा है जिहदे च ट्राई सिटी नूं इनक्लूड किया गया है। चंडीगढ़ तो मैट्रो पाउण दा ते नवें बसिस रूट बनाउण दा प्लैन है क्योंकि आने वाले टाइम दे विच जिहड़ा इह ब्यूटीफुल सिटी है ते चंडीगढ़ दे विच ट्रैफिक वधण दा ते आस पास दे एरिए ते उहदा असर पैण दा बहुत संभावनावां हैगीआं ने। सो चंडीगढ़ एडमिनिस्ट्रेशन ने जिहड़ा इह प्लैन बनाया जिहदे च मोहाली जिले नूं इनक्लूड किया गया जीरकपुर तो लैके मोहाली के होर सारा जिहड़ा एरिया इधरों पंचकूला तक तो सो दे लई जिहड़े सारे आए हुए सी सो दी जिहड़ी प्रेजेंटेशन उह दित्ती गई है ते पंजाब दे विच काफ़ी जिहड़े नवें बस रूट्स मोहाली डिस्ट्रिक्ट दे विच ते मैट्रो दे रूट्स आ जिहड़े आने वाले समय दे विच चलाए जाणगे। अनमोल जी अज्ज तुहाडी सरकार नूं 1 साल पूरा हो चुका हैगा, किवें देख रहे हो? कल मंत्री मंडल च फेरबदल किया गया, नवें डिपार्टमेंट कुछ मंत्रियों को लाए, कुछ को वापस ले गए जी। देखो ये सीएम साहब टाइम टू टाइम जो भी ये हुंदा रहिंदा सरकारां दे विच की माहौल नूं देखदे होए ते सारा कुछ साल हो गया जी साडी सरकार बणे नूं, बड़ी मेहनत नाल लगे हुए हां ते अग्गे वी जिन्नी स्पीड नाल काम साल दे विच कीता हुण जिहड़ी स्पीड है होर ज्यादा तेज करांगे। मैडम आज हरियाणा दी तरफ से अनमोल जी सुखबीर सिंह बादल दी अगम जमानत रद्द कर दित्ती गई है, कोटपुरा गोलीकांड प्रकाश सिंह बादल नूं जमानत दे दित्ती है पर सुखबीर बादल दी जमानत रद्द कर दित्ती गई है। ठीक है जी, जिदा कोर्ट का फैसला सिर मत है, कोर्ट ने फैसला देखो मैट्रो नू लैके जिहड़ा उन्होंने प्लान कुछ रूट्स दिते ने उहदे ते असीं हुण उन्हां दी पूरी प्रेजेंटेशन लैके उहदे ते जिहड़े पंजाब नू सानू ठीक लगदे कि कित्थों तक जिहड़ी डिस्ट्रिक्ट मोहाली च मैट्रो जानी चाहीदी है उहदे जिहड़े रूट्स आ उह सीएम साहब ਨਾਲ ਬੈਠ ਕੇ ਤੇ ਪੂਰੀ ਟੀਮ ਨਾਲ ਬੈਠ ਕੇ ਜਿਹੜੀ ਸੀਐਮ ਸਾਹਿਬ ਆਪਣੇ ਅੰਤ ਤੋਂ ਇਸ ਦਾ ਫੈਸਲਾ ਲੈ। ਦੇਖੋ ਇਹ ਇੱਕ ਜੀ ਜੀ ਇੱਕ ਲੌਂਗ ਟਰਮ ਪਲੈਨ ਆ, ਕੁਛ ਜਿਹੜੇ ਪਹਿਲਾ ਫੇਸ ਉਹ ਆਉਣ ਵਾਲੇ 5 ਸਾਲਾਂ ਦੇ ਵਿੱਚ ਸਟਾਰਟ ਹੋਊਗਾ, ਸੈਕਿੰਡ ਫੇਸ 32 ਤੱਕ ਆ ਹੋਰ 10-12 ਸਾਲ ਦੇ ਵਿੱਚ। ਸੋ ਇਹ ਕਾਫੀ ਲੰਮਾ ਚੌੜਾ ਇਹਨਾਂ ਦਾ ਜਿਹੜਾ ਸਾਰਾ ਪਲੈਨ ਆ ਉਹਦੇ 'ਚ ਵਧੀਆ ਗੱਲ ਆ ਕਿ ਸਾਡੀ ਜਿਹੜੀ ਜ਼ਿਲ੍ਹਾ ਮੋਹਾਲੀ ਦੀ ਟ੍ਰੈਫਿਕ ਉਹ ਵੀ ਉਹਦੇ ਨਾਲ ਕਾਫੀ ਠੀਕ ਹੋਊਗੀ ਤੇ ਓਬਵੀਅਸਲੀ ਮੈਟਰੋ ਆਊਗੀ ਤਾਂ ਉਹਦੇ ਨਾਲ ਸਾਡਾ ਆਧੁਨਿਕਰਨ ਤੇ ਹੁੰਦਾ ਹੀ ਹੈ। ਸ਼ੇਅਰਿੰਗ ਕੀ ਕੀ ਰੇਟ ਹੈ ਯੂਪੀ ਦਾ, ਕਿੰਨਾ ਪੰਜਾਬ ਦਾ, ਕਿੰਨਾ ਹਰਿਆਣੇ ਦਾ, ਕਿੰਨਾ ਹਰਿਆਣਾ ਕੀ ਸ਼ੇਅਰਿੰਗ ਕਾ ਕੀ ਅੱਗੇ ਚੱਲ? ਸ਼ੇਅਰਿੰਗ ਦਾ ਹਲੇ ਜਿਹੜੀ ਉਹਦੇ ਉੱਤੇ ਸਾਰੀ ਡਿਸਕਸ਼ਨ ਹੋਊਗੀ, ਸ਼ੇਅਰਿੰਗ ਦਾ ਚੱਲਦਾ ਪਿਆ ਹੈ। ਅਨਮੋਲ ਜੀ ਸਰਕਾਰ ਨੇ ਕਿਹਾ ਸੀ ਕਿ ਗੋਲੀਕਾਂਡ ਦੇ ਮਾਮਲੇ 'ਚ ਇਨਸਾਫ ਦੇਵਾਂਗੇ, ਲੰਬਾ ਚੌੜਾ ਚਲਾਨ ਪੇਸ਼ ਕੀਤਾ ਗਿਆ, ਸੁਖਬੀਰ ਬਾਦਲ ਨੇ ਕੋਰਟ ਦਾ ਰੁਖ ਕੀਤਾ ਕਿ ਮੈਨੂੰ ਗਰਾਊਂਡ ਜ਼ਮਾਨਤ ਦੇ ਦਿੱਤੀ ਜਾਵੇ, ਉਸ ਮਾਮਲੇ 'ਚ ਹਲੇ ਤੱਕ ਸੁਣਵਾਈ ਹੋਣੀ ਹੈ ਪਰ ਕੋਰਟ ਦੇ ਵੱਲੋਂ ਜਿਹੜੀ ਜ਼ਮਾਨਤ ਰੱਦ ਕੀਤੀ ਗਈ ਹੈ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ ਕੋਰਟ ਦਾ ਫੈਸਲਾ ਹਰ ਇੱਕ ਫੈਸਲਾ ਸਾਰਿਆਂ ਨੂੰ ਸਿਰ ਮੱਥੇ ਆ, ਪੰਜਾਬ ਸਰਕਾਰ ਆ ਜਿਹੜੀਆਂ ਆਪਣੀਆਂ ਇਨਪੁੱਟਸ ਕੰਟੀਨਿਊਸ ਦੇ ਰਹੀ ਹੈ ਤੇ ਇਸ ਮਸਲੇ ਉੱਤੇ ਲੱਗੀ ਹੋਈ ਹੈ, ਬਾਕੀ ਅੱਗੇ ਦੇਖਦੇ ਹਾਂ ਕਿ ਸਾਰੀਆਂ ਸੰਭਾਵਨਾਵਾਂ ਬਣਦੀਆਂ। ਲਗਾਤਾਰ ਇਨਸਾਫ ਦੀ ਮੰਗ ਕਰ ਰਹੀ ਹੈ ਕਿ ਬੇਅਦਬੀ ਦੇ ਵਿੱਚ ਇਨਸਾਫ ਦਿੱਤਾ ਜਾਏ, ਗੋਲੀਕਾਂਡ 'ਚ ਇਨਸਾਫ ਦਿੱਤਾ ਜਾਏ, ਕਿਆ ਇਸ ਟਰਮ ਦੇ ਵਿੱਚ ਤੁਹਾਡੀ ਸਰਕਾਰ ਇਨਸਾਫ ਦਿਵਾਉਣ 'ਚ ਕਾਮਯਾਬ ਹੋ ਪਾਊਗੀ ਕਿਉਂਕਿ ਪਿਛਲੀ ਕਈ ਸਰਕਾਰਾਂ ਨਿਕਲ ਚੁੱਕੀਆਂ ਅਜੇ ਤੱਕ ਇਨਸਾਫ? ਨਹੀਂ ਨਹੀਂ ਬਿਲਕੁਲ, ਦੇਖੋ ਲਗਾਤਾਰ ਸੀਐਮ ਸਾਹਿਬ ਇਸ ਗੱਲ ਉੱਤੇ ਬਿਆਨ ਦੇ ਰਹੇ ਨੇ ਕਿ ਅਸੀਂ ਪੂਰੀ ਮਿਹਨਤ ਨਾਲ ਲੱਗੇ ਹੋਏ ਹਾਂ, ਸਾਰੇ ਜਿਹੜੇ ਕੜੀਆਂ ਨੂੰ ਜੋੜਿਆ ਜੋ ਇਹਨਾਂ ਨੇ ਉਲਝਾਈਆਂ ਹੋਈਆਂ ਸੀਗੀਆਂ, ਬਿਲਕੁਲ ਇਸ ਚੀਜ਼ ਉੱਤੇ ਜਿਹੜਾ ਸਰਕਾਰ ਵੱਲੋਂ ਇਨਸਾਫ ਦਵਾਇਆ ਸੀ ਅਦਾਲਤ ਸਹੀ ਤਰੀਕੇ ਨਾਲ ਕਹਿੰਦੇ ਨੇ ਕੀਤੀ ਜਾਂਦੀ ਸੀ ਜਿਸ ਦੀ ਵਜ੍ਹਾ ਦੇ ਕਰਕੇ ਕੋਈ ਚਰਚਾ ਹੋਈ ਜਾਂ ਤੇ ਕਿਆ ਸੈਂਡ ਰਹਿਣੇ ਵਾਲਾ? ਨਹੀਂ ਇਸ ਮੁੱਦੇ ਉੱਤੇ ਕੋਈ ਚਰਚਾ ਨਹੀਂ ਹੋਈ ਹੈ, ਸੀਐਮ ਸਾਹਿਬ ਦੱਸਣਗੇ। ਇਹ ਸਾਰੇ ਦਾ ਸਾਰਾ ਸੀਗਾ ਇੱਕ ਜਿਹੜੀ ਕੰਪਰੀਹੈਂਸਿਵ ਮੋਬਿਲਿਟੀ ਪਲਾਨ ਜਿਹੜਾ ਚੰਡੀਗੜ੍ਹ ਦੇ ਨਾਲ ਲੱਗਦੇ ਟ੍ਰਾਈ ਸਿਟੀ ਦੇ ਵਿੱਚ ਬਣਾਇਆ ਜਾ ਰਿਹਾ ਤੇ ਉਹਨੂੰ ਲੈ ਕੇ ਗਵਰਨਰ ਸਰ ਸੀਗੇ, ਆਪਣੇ ਹਰਿਆਣਾ ਦੇ ਚੀਫ ਮਿਨਿਸਟਰ ਸੀਗੇ। ਸੋ ਉਹ ਸਾਰੀ ਜਿਹੜੀ ਕਿਉਂਕਿ ਉਹ ਪੰਚਕੂਲਾ ਤੱਕ ਵੀ ਉਹ ਜਾਣੀ ਹੈ ਤਾਂ ਪੂਰੇ ਦਾ ਪੂਰਾ ਟ੍ਰਾਈ ਸਿਟੀ ਇਹ 'ਚ ਇਨਕਲੂਡ ਕੀਤਾ ਜਾਊਗਾ ਤੇ ਇਹਦੇ 'ਤੇ ਹਲੇ ਅਸੀਂ ਪੰਜਾਬ ਵੱਲੋਂ ਅਸੀਂ ਜਿਹੜੇ ਆਪਣੇ ਇਨਪੁੱਟਸ ਨੇ ਉਹ ਇਸ ਤੋਂ ਬਾਅਦ ਦੇਵਾਂਗੇ ਕਿ ਜੋ ਤੁਸੀਂ ਪਲਾਨਸ ਬਣਾਏ ਨੇ ਕਿੰਨੇ ਠੀਕ ਨੇ, ਸੀਐਮ ਸਰ ਇਸ ਉੱਪਰ ਦੇਖ ਕੇ ਸਾਰਾ ਵਿਚਾਰ ਵਟਾਂਦਰਾ ਕੀਤਾ ਜਾਊਗਾ। ਕੋਈ ਕਮੇਟੀ ਬਣਾਈ ਜਾ ਰਹੀ ਹੈ ਜੀ? ਤੇ ਕਮੇਟੀ ਓਬਵੀਅਸਲੀ ਪੰਜਾਬ ਦੇ ਵਿੱਚ ਕਮੇਟੀ ਬਣਾ ਕੇ ਫਿਰ ਹੀ ਪਲਾਨ ਕੀਤਾ ਜਾਊਗਾ। ਕੰਬਾਈਨ ਦੇਖੋ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈ, ਇੱਧਰੋਂ ਆਪਣੀ ਸਰਕਾਰ ਦੇ ਪੰਜਾਬ ਸਰਕਾਰ ਦੇ ਇਨਪੁੱਟਸ ਜਾਣਗੇ, ਉੱਧਰੋਂ ਹਰਿਆਣਾ ਸਰਕਾਰ ਦੇ ਜਾਣਗੇ ਜੀ। ਇਹਦੀਆਂ ਡਿਟੇਲਸ ਦੇਖੋ ਮੈਂ ਉਹੀ ਦੱਸ ਰਹੀ ਹਾਂ ਕਿ ਇੱਕ ਉਹਨਾਂ ਵੱਲੋਂ ਪ੍ਰੈਜੈਂਟੇਸ਼ਨ ਦਿੱਤੀ ਗਈ ਹੈ ਮੋਹਾਲੀ ਦੇ ਵਿੱਚ, ਹੁਣ ਉਸ ਤੋਂ ਜਿਹੜਾ ਫਾਈਨਲ ਰੂਟ ਆਪਾਂ ਤੈਅ ਕਰਾਂਗੇ ਪੰਜਾਬ ਸਰਕਾਰ ਵੱਲੋਂ ਉਹ ਤੁਹਾਨੂੰ ਜ਼ਰੂਰ ਦੱਸਾਂਗੇ। ਥੈਂਕ ਯੂ ਜੀ।